ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨਤੋਲਾ ਪ੍ਰੀਤ ਸਿੰਘ ਪੁੱਲਰ ਝੋਨੇ ਦੀ ਬਾਡੀ ਜੋਰਾ ਤੇ ਹੈ ਪਰੰਤੂ ਝੋਨਾ ਗਾਂ ਵੇਖ ਹੀ ਨਹੀਂ ਰਿਹਾ 17 ਮੋਚਰ ਵਾਲਾ ਵੀ ਮੰਡੀਆਂ ਦੇ ਵਿੱਚ ਰੋਲ ਰਿਹਾ ਮੰਡੀਆਂ ਫੁੱਲ ਹੋ ਚੁੱਕੀਆਂ ਅੱਧਾ ਝੋਨਾ ਖੇਤਾਂ ਉੱਤੇ ਹੀ ਰੋਲ ਰਿਹਾ ਡੱਗ ਰਿਹਾ ਕਿਸਾਨ ਵਿਚਾਰਾ ਕੀ ਕਰੇ ਪਰੇਸ਼ਾਨ ਆ ਮੈਂ ਕਿੱਧਰ ਜਾਵਾਂ ਜਿਹੜੀ ਚੀਜ਼ ਵੇਚਣੀ ਆ ਉਹ ਵੇਖ ਨਹੀਂ ਰਹੀ ਜਿਹੜੀ ਚੀਜ਼ ਮੁੱਲ ਲੈਣੀ ਆ ਉਹ ਸਾਨੂੰ ਬਲੈਕ ਤੇ ਮਿਲ ਰਹੀ ਆ ਪਹਿਲੀ ਗੱਲ ਤਾਂ ਮਿਲਦੀ ਹੀ ਨਹੀਂ ਕਿਹੜੀ ਚੀਜ਼ ਡੀਏਪ ਡੀਏਪ ਬਿਨਾ ਆਪਾਂ ਕਣਕ ਦੀ ਬਜਾਈ ਨਹੀਂ ਕਰ ਸਕਦੇ ਪਹਿਲੀ ਗੱਲ ਤਾਂ ਮਿਲਦੀ ਹੀ ਨਹੀਂ ਜੇਕਰ ਮਿਲਦੀ ਤਾਂ ਬਲੈਕ ਤੇ ਮਿਲਦੀ ਆ ਨਾਲ ਫालतू ਸਮਾਨ ਚੁਕਾ ਦੇ ਦਿੰਦੇ ਆ ਦੇਖੋ ਕਿਸਾਨ ਵੀਰੋ ਆਪਣੇ ਨਾਲ ਕਿ ਨਾ ੱੱੱਕਾ ਹੋ ਰਿਹਾ ਇਸ ਤੋਂ ਜੇ ੱੱੱਕਾ ਆਪਣੇ ਨਾਲ ਹੋ ਹੀ ਨਹੀਂ ਸਕਦਾ ਹੁਣ ਗੱਲ ਕਰਦੇ ਆਂ ਝਾੜ ਬਾਰੇ ਚਾਹੇ ਤੁਸੀਂ ਪੀਆਰ 126 ਲਗਾਈ ਸੀ ਚਾਹੇ ਸੁਪਰੀਮ 110 ਲਗਾਈ ਹੈ ਚਾਹੇ ਪੀਆਰ 131 ਲਗਾਈ ਆ ਪਰਮਲ ਦੇ ਵਿੱਚ ਜਾਂ ਹਾਈਬ੍ਰਿਡ ਦੇ ਵਿੱਚ ਚਾਹੇ ਤੁਸੀਂ 28 ਪੀ 67 ਜਾਂ ਕੋਈ ਹੋਰ ਹਾਈਬ੍ਰਿਡ ਝੋਨਾ ਲਗਾਇਆ ਸਾਰੀਆਂ ਵੈਰਾਈਟੀਆਂ ਦੇ ਝਾੜ ਘਟਾ ਖਾਸ ਕਰ ਬਾਸਮਤੀ ਦੇ ਪਰਮਲ ਤੇ ਹਾਈਬ੍ਰਿਡ ਨਾਲ ਵੀ ਝਾੜ ਘਟ ਆ ਰਹੇ ਆ ਇਹਦਾ ਖੁੰਦਾ ਬਾਸਮਤੀ ਚਾਹੇ ਤੁਸੀਂ 17 18 ਲਗਾਈਆ ਚਾਹੇ ਮੁੱਛਲ ਚੌਂਸ 1 ਕਾ ਚਾਹੇ ਬਾਸਮਤੀ 16 92 ਆ 1847 ਆ ਸਾਰਿਆਂ ਦੀ ਰੇਟ ਘਟਾ ਸਗੋਂ ਇਸ ਵਾਰ ਤਾਂ ਗਦੇ ਘੋੜੇ ਦਾ ਮੁੱਲ ਇੱਕੋ ਹੀ ਆ ਕਿਉਂਕਿ ਚਾਹੇ ਤੁਸੀਂ ਬਾਸਮਤੀ 17 18 ਲਗਾਈ ਆ ਚਾਹੇ ਬਾਸਮਤੀ 1509 ਬਸ 2300 ਰੁਪਿਆ ਇੱਧਰ ਉੱਧਰ ਆ ਰੇਟ ਇੱਕੋ ਜਿਹਾ ਹੀ ਚੱਲ ਰਿਹਾ ਤਾਂ ਕੁੱਲ ਬਲਾਕੇ ਦੋਸਤੋ ਚਾਰੇ ਪਾਸਿਓ ਆਪਣੇ ਕਿਸਾਨ ਵੀਰ ਨੂੰ ਘੇਰ ਲਿਆ ਤੇ ਮਾਰ ਪੈ ਰਹੀ ਆ ਇਸ ਵਾਰ ਤਾਂ ਆਪਣੇ ਕਿਸਾਨਾਂ ਦਾ ਮੌਸਮ ਵੀ ਸਾਥ ਨਹੀਂ ਦੇ ਰਿਹਾ ਕਿਉਂਕਿ ਝਾੜ ਵੀ ਸਾਰੀਆਂ ਕਿਸਮਾਂ ਦੇ ਘਟ ਨਿਕਲ ਰਹੇ ਆ ਪਰਮਲ ਦੇ ਵਿੱਚ ਕੱਲੀ ਪੂਸਾ 44 ਨੂੰ ਛੱਡ ਕੇ ਹਾਂ ਦੋਸਤੋ ਇਸ ਵਾਰ ਆਪਣੀ ਪੰਜਾਬ ਸਰਕਾਰ ਨੇ ਆਪਣੀਆਂ ਯੂਨੀਵਰਸਿਟੀਆਂ ਨੇ ਬੜੇ ਜ਼ੋਰ ਲਾ ਕੇ ਕਿ ਆਸਕੇ ਪੂਸਾ ਜਤੜਾ ਨਾ ਲਾਓ ਨਾ ਲਾਓ ਪਰੰਤੂ ਜਿੰਨਾ ਕਿਸਾਨ ਵੀਰਾਂ ਨੇ ਪੂਸਾ ਜਤੜੇ ਲਗਾਈ ਆ ਇੱਕ ਤਾਂ ਉਹਨੂੰ ਵੇਕਣ ਦੇ ਵਿੱਚ ਦਿੱਕਤ ਬਿਲਕੁਲ ਨਹੀਂ ਆ ਰਹੀ ਤੇ ਦੂਜਾ ਝਾੜ ਵੀ ਮਾੜੇ ਸਮੇਂ ਦੇ ਵਿੱਚ ਬੰਪਰ ਬਹੁਤ ਹੀ ਜਿਆਦੇ ਵਧੀਆ ਆ ਰਹੀ ਆ ਇਹਦੇ ਮੁਕਾਬਲੇ ਜੇਕਰ ਪੀਆ 131 ਦੀ ਗੱਲ ਕਰਗੇ ਪੀਆ 126 ਦੀ ਗੱਲ ਕਰਗੇ ਸੁਪਰੀਮ 110 ਦੀ ਗੱਲ ਕਰਗੇ ਜਿਹੜੇ ਕਿ ਇਸ ਵਾਰ ਬਹੁਤ ਜਿਆਦੇ ਲੱਗੇ ਸੀ ਤਾਂ ਇੰਨਾਂ ਦੀ ਰਿਪੋਰਟ ਬਹੁਤ ਜਿਆਦੇ ਮਾੜੀ ਆ ਰਹੀ ਆ ਤਾਂ ਇਹ ਪੂਸਾ 44 ਦਾ ਮੁਕਾਬਲਾ ਕਦੇ ਵੀ ਨਹੀਂ ਕਰ ਸਕਦੀਆਂ ਮਾੜੇ ਸਮੇਤ ਦੇ ਵਿੱਚ ਕਿਉਂਕਿ ਚੰਗੇ ਸਮੇਤ ਦੇ ਵਿੱਚ ਤਾਂ ਸਾਰੀਆਂ ਕਿਸਮਾਂ ਝਾੜ ਵਧੀਆ ਦੇ ਜਾਂਦੀਆਂ ਹਾਂ ਦੋਸਤੋ ਕੁਝ ਕੁ ਇਲਾਕਿਆਂ ਦੇ ਵਿੱਚ ਝਾੜ ਚੰਗੇ ਆ ਰਹੀ ਹੈ ਪੀਆਰ 126 ਦਾ ਝਾੜ ਠੀਕ ਆ ਰਿਹਾ ਪਰੰਤੂ ਪੀਆਰ 126 ਦਾ ਝਾੜ ਨੂੰ ਕੀ ਕਰਗੇ ਇਹ ਤਾਂ ਸੈਲਰਾਂ ਵਾਲੇ ਕਹਿ ਰਹੇ ਅਸੀਂ ਲੈਣੀ ਨਹੀਂ ਤੇ ਪੰਜਾਬ ਸਰਕਾਰ ਜਿਹੜੀ ਕਹਿੰਦੀ ਸੀ ਤੁਸੀਂ ਲਾਉਣੀ ਪੀਆਰ 126 ਉਹ ਚੁੱਪਾ ਬੜੀ ਹੈਰਾਨੀ ਦੀ ਗੱਲ ਆ ਕਿ ਪੀਆਰ 126 ਕੋਈ ਨਵੀਂ ਵੈਰਾਈਟੀ ਤਾਂ ਹੈ ਨਹੀਂ ਲਗਭਗ 6-7 ਸਾਲ ਹੋ ਗਏ ਇਸ ਵੈਰਾਈਟੀ ਨੂੰ ਰਿਲੀਜ਼ ਹੋਏ ਹਲੇ ਤੱਕ ਤਾਂ ਇਹ ਵੈਰਾਈਟੀ ਵਧੀਆ ਵੇਚ ਰਹੀ ਸੀ ਪਰੰਤੂ ਇਸ ਵਾਰ ਹੀ ਪਤਾ ਨਹੀਂ ਕੀ ਚੱਕਰ ਪੈ ਗਿਆ ਚਲੋ ਛੱਡੋ ਪਰਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੇ ਏਰੀਆ ਦੇ ਵਿੱਚ ਝੋਨੇ ਦੀ ਉਹ ਕਿਹੜੀ ਵੈਰਾਈਟੇ ਜਿਹੜੀ ਕਿ ਮਾੜੇ ਸਮੇਂ ਦੇ ਵਿੱਚ ਵੀ ਕਿਸਾਨਾਂ ਦਾ ਪੂਰਾ ਸਾਥ ਦੇ ਰਹੀ ਆ ਚੰਗਾ ਝਾੜ ਦੇ ਰਹੀ ਆ ਇਸ ਤੋਂ ਇਲਾਵਾ ਤੁਹਾਡੇ ਏਰੀਆ ਦੇ ਵਿੱਚ ਮੰਡੀਆਂ ਦਾ ਕੀ ਹਾਲਾ ਕਮੈਂਟ ਕਰਕੇ ਜਰੂਰ ਦੱਸਣਾ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ